सारे पिंडां 'च तुसीं पराली 10-10 ट्रालियां इकट्ठियां कर लो तां कि आपां पराली उत्थें नाले दा धूई पाउण दे काम आऊ, नाले गड्डी दी लीह ते उत्थे रोड़ां ते बसा लांगे। अपनी कौम तां यार दुनिया की मनी प्रमनी कौम आ, खाल साइड वाले वीर ने किन्ना ना चक छड्या अपना दुनिया ते, ते आपां इह मोदी वर्गे बंदे तों दब जांगे। ने जम्मू दबा लिया, होर सूबे दबा ले, पर इहनूं आपां दस्सांगे वी असीं पंजाबी कौण आ। ਆਪਾਂ ਤਾਂ ਲੋਕਾਂ ਲਈ ਜਾਨਾਂ ਦੇ ਦਿੰਦੇ ਆ ਤੇ ਆਪਾਂ ਆਪਦੇ ਲਈ ਨਹੀਂ ਜਾਨਾਂ ਦੇਵਾਂਗੇ। ਕੇਂਦਰ ਸਰਕਾਰ ਦੀ ਬੇਰੁਖੀ ਮਗਰੋਂ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਹੋਰ ਵੀ ਤਿੱਖਾ ਹੋ ਗਿਆ। ਅੰਦੋਲਨ ਕਰ ਰਹੀਆਂ 29 ਕਿਸਾਨ ਜਥੇਬੰਦੀਆਂ ਨੇ ਸਰਕਾਰ ਦੇ ਖਿਲਾਫ ਆਰ ਪਾਰ ਦੀ ਲੜਾਈ ਵਿੱਢ ਦਿੱਤੀ ਹੈ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਦੇ ਨਾਲ ਨਾਲ ਪੰਜਾਬੀ ਗਾਇਕ ਤੇ ਕਈ ਸਮਾਜ ਸੇਵੀ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਨਿਤਰੇ ਨੇ। ਪਿਛਲੇ ਲੰਬੇ ਸਮੇਂ ਤੋਂ ਕਿਸਾਨ ਭਾਈਚਾਰੇ ਦੇ ਹੱਕ ਵਿੱਚ ਆਵਾਜ਼ ਉਠਾਉਣ ਵਾਲੇ ਜਗਦੀਪ ਰੰਧਾਵਾ ਨੇ ਵੀ ਹੁਣ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਆਪਣੀ ਫਸਲ ਸਾਂਭ ਕੇ ਮੁੜ ਧਰਨਿਆਂ ਤੇ ਆ ਕੇ ਸਾਥ ਦੇਣ, ਕਿਉਂਕਿ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਦੀ ਜ਼ਰੂਰਤ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋ, ਗੱਲ ਇਹ ਆ ਵੀ ਆਹ ਝੋਨੇ ਦਾ ਸੀਜ਼ਨ ਚੱਲਦਾ, ਝੋਨਾ ਵੱਢ ਲਓ, ਕਣਕ ਬੀਜ ਲਓ ਤੇ ਇਦੂ ਬਾਅਦ ਆਪਾਂ ਕੰਮ ਪੂਰਾ ਖਿੱਚਣਾਗਾ ਭਰਾਵੋ। ਆਪਾਂ ਤਾਂ ਲੋਕਾਂ ਲਈ ਜਾਨਾਂ ਦੇ ਦਿੰਦੇ ਹਾਂ ਤੇ ਆਪਾਂ ਆਪਦੇ ਲਈ ਨਹੀਂ ਜਾਨਾਂ ਦੇਵਾਂਗੇ ਤੇ ਸਾਰੇ ਪਰਿਵਾਰ ਲੈ ਕੇ, ਮੈਂ ਤਾਂ ਕਹਿੰਦਾ ਰੇਲ ਦੀ ਗੱਡੀ ਦੀ ਲੀਹ 'ਤੇ ਆ ਕੇ ਬੈਠਾਂਗੇ। ਸਾਰੇ ਪਿੰਡਾਂ 'ਚ ਤੁਸੀਂ ਪਰਾਲੀ 10-10 ਟਰਾਲੀਆਂ ਇਕੱਠੀਆਂ ਕਰ ਲਓ ਤਾਂ ਕਿ ਆਪਾਂ ਪਰਾਲੀ ਉੱਥੇ ਨਾਲੇ ਦਾ ਧੂਈ ਪਾਉਣ ਦੇ ਕੰਮ ਆਊ, ਨਾਲੇ ਗੱਡੀ ਦੀ ਲੀਹ 'ਤੇ ਉੱਥੇ ਰੋੜਿਆਂ 'ਤੇ ਵਸਾ ਲਾਂਗੇ ਤੇ ਇਦੂ ਬਾਅਦ ਸਾਰੇ ਦਾ ਸਾਰਾ ਟੱਬਰ ਧਰਨੇ 'ਤੇ ਰਹੋ, ਟੈਂਟ ਲਾ ਲਓ, ਉੱਥੇ ਚਲਾਵਾਂਗੇ ਲੰਗਰ ਆਪਾਂ। ਤੇ ਆਪਣੀ ਕੌਮ ਤਾਂ ਯਾਰ ਦੁਨੀਆ ਦੀ ਮੰਨੀ ਪ੍ਰਮੰਨੀ ਕੌਮ ਆ, ਖਾਲ ਸਾਈਡ ਵਾਲੇ ਵੀਰ ਨੇ ਕਿੰਨਾ ਨਾਂ ਚੱਕ ਛੱਡਿਆ ਆਪਣਾ ਦੁਨੀਆ ਤੇ, ਤੇ ਆਪਾਂ ਇਹ ਮੋਦੀ ਵਰਗੇ ਬੰਦੇ ਤੋਂ ਦੱਬ ਜਾਂਗੇ। ਇਹ ਠੀਕ ਹੈ ਨੇ ਜੰਮੂ ਦਵਾ ਲਿਆ, ਹੋਰ ਸੂਬੇ ਦਵਾ ਲਏ, ਪਰ ਇਹਨੂੰ ਆਪਾਂ ਦੱਸਾਂਗੇ ਵੀ ਅਸੀਂ ਪੰਜਾਬੀ ਕੌਣ ਆ। ਭਰਾਵੋ, ਅਗਲੀ ਜਦੋਂ ਕਣਕ ਆਪਣੀ ਬਿਜ ਗਈ, ਸਾਰੇ ਆਪਾਂ ਵਿਹਲੇ ਹੋ ਜਾਂਗੇ। ਧਰਨਿਆਂ ਦੀ ਜਿਹੜੀ ਰੂਪ ਰੇਖਾ ਇਹ ਹੋਣੀ ਚਾਹੀਦੀ ਆ ਵੀ ਸਾਰਾ ਪਰਿਵਾਰ ਲੈ ਕੇ ਉੱਥੇ ਰਜਾਈਆਂ, ਮੈਂ ਤਾਂ ਕਹਿੰਦਾ ਉੱਥੇ ਲਾ ਕੇ ਟੈਂਟ ਸਾਰਾ ਸਿਸਟਮ ਉੱਥੇ ਘਰ ਵਸਾ ਲਓ ਤੇ ਇਹਨਾਂ ਦੀ ਆਪਾਂ ਚੀਕ ਮਰਵਾ ਦਾਂਗੇ। ਸਣੇ ਜਵਾਕ ਲੈ ਕੇ ਚੱਲੋ, ਹਜੇ ਕਿਹੜਾ ਕਿਸੇ ਦੇ ਸਕੂਲ ਸਕਾਲ ਲੱਗਦੇ ਆ, ਜੇ ਲੱਗ ਕੇ ਫਿਰ ਸਕੂਲ ਲੱਗ ਕੇ ਕਿਹੜਾ ਗਾਹਾਂ ਇਹ ਡੀਸੀ SSP ਰੱਖ ਲੈਂਦੇ, ਆਪਾਂ ਨੂੰ ਕਿਹੜਾ ਸਰਕਾਰ ਨੌਕਰੀ ਦਿੰਦੀ ਆ ਯਾਰ। ਬਸ ਹੱਥ ਜੋੜ ਕੇ ਬਾਈ ਬੇਨਤੀ ਆ ਵੀ ਵੱਧ ਤੋਂ ਵੱਧ ਯਾਰ ਘਰਾਂ 'ਚੋਂ ਨਿਕਲੋ। ਠੀਕ ਆ ਹੁਣ ਝੋਨੇ ਦਾ ਸੀਜ਼ਨ ਆ, ਪਰ ਧਰਨੇ 'ਚ ਤਾਂ ਇਕੱਠ ਅੱਜ ਵੀ ਉਨਾ ਹੀ ਆ। ਠੀਕ ਆ ਯਾਰ, ਉਹ ਆਪਣੀ ਹੁਣ ਜਿਹੜੀ 6 ਮਹੀਨਿਆਂ ਦਾ ਫਸਲ ਆਉਂਦੀ ਆ ਉਹ ਵੀ ਆਪਾਂ ਸਾਂਭਣੀ ਆ, ਕਿਉਂਕਿ ਫਿਰ ਹੀ ਆਪਾਂ ਖਾਵਾਂਗੇ ਤੇ ਆਪਣੀ ਤਾਂ ਯਾਰ ਦੁਨੀਆ 'ਤੇ ਲੰਗਰ ਲਾਉਂਦੀ ਆ ਕੌਮ, ਆਪਾਂ ਆਪਦੇ ਖਾਤਰ ਨਹੀਂ ਲਾ ਸਕਦੇ। ਮੈਂ ਤਾਂ ਕਹਿੰਦਾ ਜਲੇਬੀਆਂ ਚਲਾਵਾਂਗੇ, ਆਪਾਂ ਗਾਹ ਪਾ ਦਾਂਗੇ। ਬਸ ਭਰਾਵੋ, ਕਾਇਮ ਹੋ ਜਾਓ, ਵੱਧ ਤੋਂ ਵੱਧ ਧਰਨਿਆਂ 'ਤੇ ਪਹੁੰਚੋ, ਇਹੀ ਬੇਨਤੀ ਆ। ਪੰਜਾਬ ਵਿੱਚ ਕਈ ਦਿਨਾਂ ਤੋਂ ਕਿਸਾਨਾਂ ਨੇ ਰੇਲ ਮਾਰਗਾਂ, ਟੋਲ ਪਲਾਜ਼ਾ, ਕਾਰਪੋਰੇਟ ਘਰਾਂ ਦੇ ਵਪਾਰਕ ਟਿਕਾਣਿਆਂ, ਪੈਟਰੋਲ ਪੰਪਾਂ ਅਤੇ BJP ਲੀਡਰਾਂ ਦੇ ਘਰਾਂ ਦਾ ਘਿਰਾਓ ਜਾਰੀ ਰੱਖਿਆ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੋਦੀ ਸਰਕਾਰ ਖਿਲਾਫ ਲੋਕਾਂ ਦੇ ਵਿੱਚ ਭਾਰੀ ਰੋਸ ਹੈ। ਇਸ ਨਾਲ ਹੀ ਸਿਆਸਤ ਵੀ ਗਰਮਾਈ ਹੋਈ ਹੈ। ਵਿਰੋਧੀ ਪਾਰਟੀਆਂ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਰਹੀਆਂ ਨੇ। ਇਸ ਸਭ ਦਾ ਹੱਲ ਉਦੋਂ ਹੀ ਨਿਕਲ ਸਕਦਾ ਹੈ ਜਦੋਂ ਸਾਰੀਆਂ ਸਿਆਸੀ ਪਾਰਟੀਆਂ ਇਕੱਠੀਆਂ ਹੋ ਕੇ ਬਿਨਾਂ ਕਿਸੇ ਸਵਾਲ ਤੋਂ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਕੋਈ ਬਣਦਾ ਰਾਹ ਕੱਢਣ। ਬਿਊਰੋ ਰਿਪੋਰਟ, ਸਕਾਈ ਨਿਊਜ਼, ਪੰਜਾਬ।